ਸਸਕੋਲਜੀ ਅਤੇ ਜੀਆਈਐਨ ਅੱਜ ਦਾ ਵੈਬਿਨਾਰ ਡਿਮੈਂਸ਼ੀਆ ਬਾਰੇ ਹੈ ਸੋ ਅਪਾ ਗੱਲਬਾਤ ਕਰੂਗੇ ਕਿ ਡਿਮੈਂਸ਼ੀਆ ਕੀ ਹੈ ਕਿੰਨੇ ਤਰ੍ਹਾਂ ਦੇ ਡਿਮੈਂਸ਼ੀਆ ਨੇ ਤੇ ਡਿਮੈਂਸ਼ੀਆ ਦਾ ਡਾਇਗਨੋਸਿਸ ਕਿਵੇਂ ਦਿੱਤਾ ਜਾਂਦਾ ਸੋ ਡਿਮੈਂਸ਼ੀਆ ਕੀ ਹੈ ਡਿਮੈਂਸ਼ੀਆ ਇੱਕ ਮੈਡੀਕਲ ਲਫ਼ਜ਼ਾ ਜੋ ਕਿ ਵੱਖ-ਵੱਖ ਦਿਮਾਗੀ ਬਿਮਾਰੀਆਂ ਨੂੰ ਸਮਝਾਉਂਦਾ ਹੈ ਇਸ ਬਿਮਾਰੀ ਦੇ ਕਾਫੀ ਲੱਛਣ ਨੇ ਚੇਤਾ ਭੁੱਲਣਾ ਸੋਚਣ ਵਿੱਚ ਮੁਸ਼ਕਲ ਆਉਣੀ ਇੰਗਲਿਸ਼ ਚ ਪੰਜਾਬੀ ਬੋਲਣ ਵਿੱਚ ਪ੍ਰੋਬਲਮ ਅਤੇ ਰੋਜ਼ ਦੇ ਕੰਮ ਕਰਨ ਵਿੱਚ ਵੀ ਪ੍ਰੋਬਲਮ ਜਿਵੇਂ ਕਿ ਆਪਾਂ ਚਾਹ ਬਣਾਉਣੀ ਆ ਤੇ ਚਾਹ ਦੇ ਵਿੱਚ ਕੋਈ ਸਟੈਪ ਭੁੱਲ ਜਾਣਾ ਸ਼ਾਇਦ ਦੁੱਧ ਪਾਉਣੀ ਭੁੱਲ ਜਾਣਗੇ ਜਾਂ ਸ਼ਾਇਦ ਚਾਹ ਪੱਤੀ ਪਾਣੀ ਭੁੱਲ ਜਾਣਗੇ ਡਿਮੈਂਸ਼ੀਆ ਇੱਕ ਵੱਡੀ ਬਿਮਾਰੀ ਆ ਸੋ ਜਿਵੇਂ ਦਿਮਾਗ ਦੇ ਸੈੱਲ ਮਰਨ ਲੱਗ ਪੰਦੇ ਨੇ ਉਸੇ ਤਰ੍ਹਾਂ ਲੱਛਣ ਵੀ ਹੋਰ ਖਰਾਬ ਹੋ ਜਾਂਦੇ ਨੇ BC ਦੇ ਵਿੱਚ ਤਕਰੀਬਨ 70000 ਜਾਣਿਆਂ ਨੂੰ ਡਿਮੈਂਸ਼ੀਆ ਹੈ ਸੋ ਤੁਸੀਂ ਇਸ ਬਿਮਾਰੀ ਦੇ ਵਿੱਚ ਇਕੱਲੇ ਨਹੀਂ ਹੋ ਸੋ ਡਿਮੈਂਸ਼ੀਆ ਇੱਕ ਛਤਰੀ ਵਾਂਗਰਾ ਡਿਮੈਂਸ਼ੀਆ ਦੇ ਥਲੇ ਬਹੁਤ ਦੀਆਂ ਬਿਮਾਰੀਆਂ ਜੋ ਕਿ ਡਿਮੈਂਸ਼ੀਆ ਦੇ ਲੱਛਣ ਦਿਖਾਉਂਦੇ ਨੇ ਸੋ ਅਲਜ਼ਾਈਮਰਸ ਡਿਜ਼ੀਜ਼ ਹੋ ਗਿਆ ਵਾਸਕੂਲਰ ਡਿਮੈਂਸ਼ੀਆ ਮਿਕਸਡ ਡਿਮੈਂਸ਼ੀਆ ਲੂਈ ਬੋਡੀ ਡਿਮੈਂਸ਼ੀਆ ਫਰੰਟੋ ਟੈਂਪੋਰਲ ਡਿਮੈਂਸ਼ੀਆ ਅਮ ਤੇ ਕੀ ਵਾਰੀ ਡਾਕਟਰ ਇਹ ਵੀ ਕਹਿੰਦੇ ਕਿ ਤੁਹਾਨੂੰ ਡਿਮੈਂਸ਼ੀਆ ਹੈ ਸੋ ਡਿਮੈਂਸ਼ੀਆ ਜਦੋਂ ਕਹਿ ਦਿੰਦੇ ਆ ਉਹ ਤੁਹਾਨੂੰ ਇਹ ਨਹੀਂ ਦੱਸਦੇ ਕਿ ਤੁਹਾਨੂੰ ਕਿਹੜੇ ਤਰ੍ਹਾਂ ਦਾ ਡਿਮੈਂਸ਼ੀਆ ਡਿਮੈਂਸ਼ੀਆ ਇੱਕ ਕਾਰ ਕਾਰ ਨਾਲ ਤੁਸੀਂ ਕੰਪੇਅਰ ਕਰ ਸਕਦੇ ਹੋ ਜਿਵੇਂ ਕਾਰ ਇੱਕ ਲਵਜ ਅਤੇ ਕਾਰ ਦੇ ਥੱਲੇ ਬਹੁਤ ਤਰ੍ਹਾਂ ਦੇ ਗੱਡੀਆਂ ਨੇ ਜਿਵੇਂ ਕਿ ਹੌਂਡਾ ਹੋ ਗਿਆ ਟੋਯੋਟਾ ਫੋਰਡ ਮਰਸੀਡੀਸ ਇਵੇਂ ਹੀ ਡਿਮੈਂਸ਼ੀਆ ਦੇ ਥੱਲੇ ਬਹੁਤ ਤਰ੍ਹਾਂ ਦੇ ਬਿਮਾਰੀਆਂ ਨੇ ਜਿੱਦਾਂ ਹੁਣ ਦੱਸਿਆ ਗਿਆ ਅਲਜ਼ਾਈਮਰ ਡਿਜ਼ੀਜ਼ ਫਰੰਟੋ ਟੈਂਪੋਰਲ ਡਿਮੈਂਸ਼ੀਆ ਵੈਸਕੂਲਰ ਡਿਮੈਂਸ਼ੀਆ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਡਿਮੈਂਸ਼ੀਆ ਨੇ ਸੋ ਡਿਮੈਂਸ਼ੀਆ ਕਿਵੇਂ ਹੁੰਦਾ ਡਿਮੈਂਸ਼ੀਆ ਇੱਕ ਬਦਦੀ ਬਿਮਾਰੀ ਆ ਜੀਰੇ ਕਰਕੇ ਪ੍ਰੋਟੀਨਸ ਅਤੇ ਵਾਸਕੂਲਰ ਚੇਂਜਸ ਬ੍ਰੇਨ ਸੈਲਸ ਨੂੰ ਡੈਮੇਜ ਕਰਦੇ ਨੇ ਅਤੇ ਇਸ ਡੈਮੇਜ ਜੋ ਕਿ ਇਸ ਬਿਮਾਰੀਆਂ ਕਰਕੇ ਹੁੰਦੇ ਨੇ ਅਲਜ਼ਾਈਮਰਸ ਡਿਜ਼ੀਜ਼ ਵਾਸਕੂਲਰ ਡਿਮੈਂਸ਼ੀਆ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਨੇ ਤੇ ਇਹੇ ਡੈਮੇਜ ਬ੍ਰੇਨ ਸੈਲਸ ਅਤੇ ਨਿਊਰੋਪਾਥੀਸ ਨੂੰ ਕਰਦੇ ਆ ਤੇ ਇਸ ਕਰਕੇ ਡਿਮੈਂਸ਼ੀਆ ਦੇ ਲੱਛਣ ਹੁੰਦੇ ਆ ਜੋ ਕਿ ਚੇਤਾ ਭੁੱਲਣਾ ਕਨਫਿਊਜ਼ਨ ਚੇਤਾ ਭੁੱਲਣਾ ਕਿ ਆਪਰੇਂਡੇ ਕਿੱਥੇ ਆ ਗੱਲ ਕਰਨ ਚ ਪ੍ਰੋਬਲਮ ਵੀ ਹਰਦੀ ਚ ਪ੍ਰੋਬਲਮ ਤੇ ਹੋਰ ਵੀ ਬਹੁਤ तरह ਦੀਆਂ ਪ੍ਰੋਬਲਮ ਹੋ ਜਾਂਦੀਆਂ ਨੇ ਹੁਣ ਆਪਾਂ ਗੱਲ ਕਰੋਂਗੇ ਡਿਲੀਰੀਅਮ ਬਾਰੇ ਡੈਲੀਰੀਅਮ ਅਤੇ ਡਿਮੈਂਸ਼ੀਆ ਦੇ ਲੱਛਣ ਬਹੁਤ ਮਿਲਦੇ ਨੇ ਡੈਲੀਰੀਅਮ ਦੇ ਲੱਛਣ ਇਕਦਮੀ ਸ਼ੁਰੂ ਹੁੰਦੇ ਨੇ ਸ਼ਾਇਦ ਕੁਝ ਘੰਟਿਆਂ ਦੇ ਵਿੱਚ ਜਾਂ ਥੋੜੇ ਦਿਨਾਂ ਦੇ ਵਿੱਚ ਡੈਲੀਰੀਅਮ ਕੀ ਕਾਰਨ ਕਰਕੇ ਹੋ ਸਕਦਾ ਦਵਾਈਆਂ ਕਰਕੇ ਨਸ਼ਾ ਇਨਫੈਕਸ਼ਨ ਜਾਂ ਬੁਖਾਰ ਕੋਈ ਵਿਟਾਮਿਨ ਦੀ ਘਾਟ ਜਾਂ ਪਾਣੀ ਘੱਟ ਪੀਣ ਕਰਕੇ ਕੋਈ ਦਰਦ ਜਾਂ ਕੋਈ ਹੋਰ ਕ੍ਰੋਨਿਕ ਇਲਨੈਸ ਕੋਈ ਸਦਮਾ ਕਰਕੇ ਵੀ ਹੋ ਸਕਦਾ ਜਿਵੇਂ ਕਿ ਕਿਸੇ ਦੀ ਯੰਗ ਡੈਥ ਹੋ ਜਾਵੇ ਜਾਂ ਬਹੁਤ ਲੰਮੇ ਚਿਰ ਦਾ ਡਿਪਰੈਸ਼ਨ ਸਟ्रेस ਜਾਂ ਕੋਈ ਹੋਰ ਮੈਂਟਲ ਇਲਨੈਸ ਹੋਵੇ। ਡੇਲੀਰੀਅਮ ਦੇ ਜਿਹਾ ਸੇ ਟਾਈਮ ਦੇ ਟ੍ਰੀਟਮੈਂਟ ਹੋ ਜਾਵੇ ਤਾਂ ਬੰਦਾ ਠੀਕ ਵੀ ਹੋ ਸਕਦਾ ਜਿਵੇਂ ਦੇ ਪਹਿਲਾਂ ਸੀ ਉਮੀਦੇ ਹੋਣਗੇ ਹੋ ਜਾਣਗੇ। ਲੇਕਿਨ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਡਿਮੈਂਸ਼ੀਆ ਦੇ ਕੋਈ ਟ੍ਰੀਟਮੈਂਟ ਨਹੀਂ ਤੇ ਤੁਸੀਂ ਨਹੀਂ ਠੀਕ ਹੋ ਸਕਦੇ। ਇਹ ਤਾਂ ਕਰਕੇ ਕਿਉਂਕਿ ਡਿਮੈਂਸ਼ੀਆ ਇੱਕ ਵਾਦੀ ਬਿਮਾਰੀ ਆ। ਜਿਨ੍ਹਾਂ ਨੂੰ ਡਿਮੈਂਸ਼ੀਆ ਵਾ ਉਹਨਾਂ ਨੂੰ ਵੀ ਡੇਲੀਰੀਅਮ ਹੋ ਸਕਦਾ ਵਾ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਸਿੰਪਟਮਸ ਦੇਖਦੇ ਆ ਤਾਂ ਤੁਸੀਂ ਉਹ ਸਿੰਪਟਮਸ ਨੂੰ ਮੋਨੀਟਰ ਕਰੋ ਤੇ ਜੇ ਇਕਦਮ ਹੀ ਉਹ ਲੱਛਣ ਚੇਂਜ ਹੁੰਦੇ ਨੇ ਫੇਰ ਤੁਸੀਂ ਆਪਦੇ ਡਾਕਟਰ ਕੋਲ ਜਾਓ ਡਿਮੈਂਸ਼ੀਆ ਦਾ ਪਤਾ ਲਗਾਉਣ ਲਈ ਤੁਹਾਨੂੰ ਡਾਕਟਰ ਕੋਲ ਜਾਣਾ ਪਊਗਾ ਕੋਈ ਇੱਕ ਟੈਸਟ ਨਹੀਂ ਹੈ ਡਿਮੈਂਸ਼ੀਆ ਦਾ ਪਤਾ ਕਰਨ ਲਈ ਡਾਕਟਰਸ ਪਹਿਲਾਂ ਟੈਸਟ ਕਰਨਗੇ ਦੇਖਣ ਲਈ ਕਿ ਕੋਈ ਡਿਲੀਰੀਅਮ ਤਾਂ ਨਹੀਂ ਇਹ ਟੈਸਟ ਬਲੱਡ ਟੈਸਟ ਵੀ ਹੋ ਸਕਦੇ ਨੇ ਜਾਂ ਪੇਸ਼ੈਂਟਸ ਨੂੰ ਕੁਐਸਚਨਸ ਵੀ ਪੁੱਛ ਸਕਦੇ ਨੇ ਫਿਰ ਡਾਕਟਰ ਮੈਡੀਕਲ ਹਿਸਟਰੀ ਦੇਖਣਗੇ ਕਿ ਪੇਸ਼ੈਂਟ ਨੂੰ ਕੋਈ ਹਾਰਟ ਦੀ ਬਿਮਾਰੀ ਜਾਂ 슈ਗਰ ਹਾਈਪਰ ਟੈਨਸ਼ਨ ਸਟ੍ਰੋਕ ਦੀ ਕੋਈ ਹਿਸਟਰੀ ਆ ਜਾਂ ਕੋਈ ਹੋਰ ਹੈਲਥ ਇਸ਼ੂਜ਼ ਜਿਹੜੇ ਜਿਹਦੇ ਕਰਕੇ ਡਿਮੈਂਸ਼ੀਆ ਹੋ ਸਕਦਾ ਕಾಗ್ਨੀਟਿਵ ਐਗਜ਼ਾਮ ਵੀ ਕਰਦੇ ਨੇ ਜਿਹੜਾ ਸਕੋਰ ਦਿੱਤਾ ਜਾਂਦਾ 30 ਵਿੱਚੋਂ ਇਹ ਟੈਸਟ MMSE ਜਾਂ ਮੋਕਾ ਟੈਸਟ ਕਿਹਾ ਜਾਂਦਾ। ਇਸ ਟੈਸਟ ਵਿੱਚੋਂ ਇਹ ਦੇਖਿਆ ਜਾਂਦਾ ਕਿ ਪੇਸ਼ੈਂਟ ਨੂੰ ਟਾਈਮ, ਸਾਲ ਅਤੇ ਹੋਰ ਜ਼ਰੂਰੀ ਡੇਟਾ ਚੇਤੇ ਆ ਕਿ ਨਹੀਂ। ਉਹਨਾਂ ਨੂੰ ਇੱਕ ਸਟੋਰੀ ਵੀ ਦੱਸੀ ਜਾਂਦੀ ਆ ਸ਼ੁਰੂ ਦੇ ਵਿੱਚ ਫਿਰ ਸੈਸ਼ਨ ਦੇ ਐਂਡ ਦੇ ਵਿੱਚ ਉਹ ਸਟੋਰੀ ਚੇਤੇ ਕਰਨ ਨੂੰ ਕਹਿੰਦੇ ਨੇ। ਹੋਰ ਵੀ ਬਹੁਤ ਕੁਐਸਚਨਸ ਪੁੱਛੇ ਜਾਂਦੇ ਨੇ ਇਹ ਦੇਖਣ ਲਈ ਕਿ ਦਿਮਾਗ ਦੇ ਵਿੱਚੋਂ ਕਿੱਥੇ ਪ੍ਰੋਬਲਮ ਆ। ਇਸ ਤਸਦੀਰ ਰਿਜ਼ਲਟ ਦੇ ਮੁਤਾਬਿਕ ਹੋਰ ਟੈਸਟ ਵੀ ਕਰਵਾਉਂਦੇ ਨੇ ਜਿਵੇਂ ਕਿ ਸੀਟੀ ਸਕੈਨ ਜਾਂ ਐਮ ਆਰ ਆਈ ਇਹੇ ਦੇਖਣ ਲਈ ਕਿ ਕੋਈ ਦਿਮਾਗ ਦੇ ਵਿੱਚ ਚੇਂਜਸ ਆਏ ਨੇ ਸੋ ਦਿਮਾਗ ਛੋਟਾ ਹੋਇਆ ਕਿਸੇ ਪਾਸੇੋਂ ਜਾਂ ਕਿ ਕੋਈ ਸਟ੍ਰੋਕ ਦੱਸਦੇ ਨੇ ਹੋਰ ਇਨਫਰਮੇਸ਼ਨ ਲਈ ਤੁਸੀਂ ਸਾਡੀ ਵੈਬਸਾਈਟ ਤੇ ਬਰੋਸ਼ਰਸ ਦੇਖ ਸਕਦੇ ਹੋ ਇਹ ਦੋ ਪਿਕਚਰ ਦਿਮਾਗ ਦੇ ਸੈਲ ਅਤੇ ਨਿਊਰਲ ਪਾਥਵੇਜ਼ ਦਿਨੀ ਕੱਬੇ ਪਾਸੇ ਹੈਲਥੀ ਬ੍ਰੇਨ ਸੈਲ ਨੇ ਅਤੇ ਸੱਜੇ ਪਾਸੇ ਅਨ ਹੈਲਥੀ ਅਤੇ ਖਰਾਬ ਬ੍ਰੇਨ ਸੈਲ ਨੇ ਹੈਲਥੀ ਦਿਮਾਗ ਦੇ ਵਿੱਚ ਬਿਲੀਅਨ ਦੇ ਹਿਸਾਬ ਨਾਲ ਬ੍ਰੇਨ ਸੈੱਲ ਹੁੰਦੇ ਨੇ ਜਿਨ੍ਹਾਂ ਨੂੰ ਨਿਊਰੋਨਸ ਵੀ ਕਿਹਾ ਜਾਂਦਾ ਹੈ ਬ੍ਰੇਨ ਸੈੱਲਸ ਇੱਕ ਦੂਜੇ ਦੇ ਨਾਲ ਗੱਲ ਕਰਦੇ ਨੇ ਜੋ ਕਿ ਨਿਊਰਲ ਪਾਥਵੇਜ਼ ਵਿੱਚ ਦੀ ਹੁੰਦਾ ਤੁਸੀਂ ਸਮਝ ਸਕਦੇ ਹੋ ਕਿ ਬ੍ਰੇਨ ਸੈੱਲਸ ਲਾਈਟ ਬਲਬ ਵਾਂਗਰ ਹੈ ਅਤੇ ਨਿਊਰਲ ਪਾਥਵੇਜ਼ ਬਿਜਲੀ ਦੀਆਂ ਤਾਰਾਂ ਵਾਂਗਰ ਹੈ ਜੋ ਆਪਾਂ ਸੋਚਦੇ ਆਂ ਜਾਂ ਬੋਲਦੇ ਆਂ ਉਹ ਆਪਣੇ ਬ੍ਰੇਨ ਸੈੱਲਸ ਇੱਕ ਦੂਜੇ ਦੇ ਨਾਲ ਗੱਲ ਕਰਦੇ ਕਰਕੇ ਹੁੰਦਾ ਵਾ ਸੋ ਜਦੋਂ ਆਪਾਂ ਲਾਈਟ ਔਨ ਕਰਦੇ ਆਂ ਉਦੋਂ ਲਾਈਟ ਸਵਿਚ ਕਮਿਊਨੀਕੇਟ ਕਰਦੀ ਆ ਜਾ ਗੱਲ ਕਰਦੀ ਹੈ ਬਿਜਲੀ ਦੀ ਤਾਰਾਂ ਦੇ ਨਾਲ ਫਿਰ ਜਾ ਕੇ ਉਹ ਇੱਕ ਲਾਈਟ ਔਨ ਹੁੰਦੀ ਹੈ ਇਸੇ ਤਰ੍ਹਾਂ ਜੇ ਆਪਾਂ ਸੋਚਦੇ ਹਾਂ ਕਿ ਮੈਂ ਆਪਣਾ ਸੱਜਾ ਪੈਰ ਚੁੱਕਣਾ ਵਾ ਫਿਰ ਬ੍ਰੇਨ ਸੈਲਸ ਇੱਕ ਦੂਜੇ ਦੇ ਨਾਲ ਗੱਲ ਕਰਦੇ ਆ ਨਰਲ ਪਾਥਵੇਜ਼ ਦੇ ਵਿੱਚ ਦੀ ਥਰੂ ਫਿਰ ਜਾ ਕੇ ਉਹ ਸੱਜਾ ਪੈਰ ਚੁੱਕ ਚੁੱਕ ਹੁੰਦਾ ਵਾ ਲੇਕਿਨ ਜੇ ਬ੍ਰੇਨ ਸੈਲਸ ਖਰਾਬ ਹੋ ਜਾਂਦੇ ਨੇ ਫਿਰ ਕਮਿਊਨੀਕੇਸ਼ਨ ਜਾਂ ਗੱਲ ਕਰਨ ਵਿੱਚ ਪ੍ਰੋਬਲਮ ਆ ਜਾਂਦੀ ਆ ਇਹ ਪ੍ਰੋਬਲਮਸ ਪ੍ਰੋਟੀਨ ਡੈਮੇजेस ਜਾਂ ਵੈਸਕੂਲਰ ਚੇਂਜਸ ਕਰਕੇ ਵੀ ਹੋ ਸਕਦੀ ਆ ਜਿਵੇਂ ਤੁਸੀਂ ਸੱਜੇ ਪਾਸੇ ਦੇਖ ਸਕਦੇ ਹੋ ਪਿਕਚਰ ਬਹੁਤ ਧੁੰਦਲੀ ਆ ਕਿਉਂਕਿ ਨਿਊਰਲ ਪਾਥਵੇਸ ਖਰਾਬ ਹੋ ਗਏ ਨੇ ਸੋ ਹੁਣ ਬ੍ਰੇਨ ਸੈਲਸ ਨੂੰ ਮੈਸੇਜ ਨਹੀਂ ਜਾਂਦਾ ਇਸੇ ਤਰ੍ਹਾਂ ਜੇ ਲਾਈਟ ਔਨ ਕਰਕੇ ਲਾਈਟ ਔਨ ਕਰਕੇ ਦੇਖਦੇ ਆ ਚਾਰ ਲਾਈਟਾਂ ਇਕੱਠੀਆਂ ਔਨ ਹੋਣੀਆਂ ਜੇ ਇੱਕ ਤਾਰ ਖਰਾਬ ਹੋਵੇ ਫਿਰ ਤਿੰਨ ਲਾਈਟਾਂ ਹੀ ਔਨ ਹੋਣੀਆਂ ਨੇ ਕਿਉਂਕਿ ਉਹਦੇ ਵੱਲ ਜਿਹੜੀ ਤਾਰ ਜਾਂਦੀ ਆ ਉਹ ਖਰਾਬ ਹੋਊਗੀ ਇਸੇ ਤਰ੍ਹਾਂ ਅਮ ਬ੍ਰੇਨ ਸੈਲਸ ਵੀ ਕੰਮ ਕਰਦੇ ਨੇ ਜਦੋਂ ਇਹ ਡੈਮੇਜ ਵਾਲੀਆਂ ਜਗ੍ਹਾ ਵਿੱਚ ਹੋਣ ਲੱਗ ਪਣ ਦਿਮਾਗ ਦੇ ਵਿੱਚ ਫਿਰ ਡਿਮੈਂਸ਼ੀਆ ਦੇ ਲੱਛਣ ਸ਼ੁਰੂ ਹੋਣ ਲੱਗ ਪੈਂਦੇ ਨੇ ਨੈਕਸਟ ਸਲਾਈਡ ਦੇ ਵਿੱਚ ਇੱਕ ਵੀਡੀਓ ਦਿਖਾਈ ਜਾਊਗੀ ਜੋ ਕਿ ਡਿਮੈਂਸ਼ੀਆ ਅਤੇ ਐਲਜ਼ਾਈਮਰਸ ਡਿਜ਼ੀਜ਼ ਦਾ ਫਰਕ ਦੱਸਿਆ ਜਾਊਗਾ ਅਲਜ਼ਾਈਮਰ ਰੋਗ ਅਤੇ ਮਨੋਰੋਗ ਵਿੱਚ ਕੀ ਫਰਕ ਹੈ ਸ਼ਾਇਦ ਤੁਸੀਂ ਪਹਿਲਾ ਇਹ ਨਾ ਸ਼ਬਦਾਂ ਬਾਰੇ ਉਲਝਣ ਵਿੱਚ ਰਹੇ ਹੋਵੋ ਜਾਂ ਗਲਤਫਹਮੀ ਵਿੱਚ ਹੀ ਸੀ ਕਿ ਦੋਵੇਂ ਇੱਕੋ ਜਿਹੇ ਹੁੰਦੇ ਹਨ ਖੈਰ ਤੁਸੀਂ ਇਕੱਲੇ ਨਹੀਂ ਹੋ ਕਿਉਂਕਿ ਅਲਜ਼ਾਈਮਰ ਰੋਗ ਅਤੇ ਮਨੋਰੋਗ ਵਿਚਕਾਰ ਫਰਕ ਜਾਣਨਾ ਔਖਾ ਹੋ ਸਕਦਾ ਹੈ ਪਰ ਅਸਲ ਵਿੱਚ ਇਸ ਨੂੰ ਸਮਝਣਾ ਇੰਨਾ ਵੀ ਔਖਾ ਨਹੀਂ ਹੈ ਸੰਖੇਪ ਵਿੱਚ ਇਹ ਦਮੇ ਅਤੇ ਸਾਹ ਔਖੇ ਔਨ ਦਰਮਿਆਨ ਫਰਕ ਦੇ ਸਮਾਨ ਹੈ ਸਾអូខេ ਉਹਨੇ ਕੋਈ ਖਾਸ ਰੋਗ ਨਹੀਂ ਹੈ ਇਸਦੇ ਕਈ ਕਾਰਨ ਹੋ ਸਕਦੇ ਹਨ ਅਤੇ ਦਮਾ ਸਿਰਫ ਉਹਨਾਂ ਵਿੱਚੋਂ ਇੱਕ ਹੈ ਉਸੇ ਤਰ੍ਹਾਂ ਮਨੋਰੋਗ ਕੋਈ ਖਾਸ ਰੋਗ ਨਹੀਂ ਹੈ ਇਹ ਲੱਛਣਾਂ ਦਾ ਸੁਮੇਲ ਹੈ ਜਿਸਦੇ ਕਈ ਵੱਖ-ਵੱਖ ਕਾਰਨ ਹਨ ਸਮੇਤ ਅਲਜ਼ਾਈਮਰ ਰੋਗ ਹਾਲੇ ਵੀ ਥੋੜਾ ਜਿਹਾ ਉਲਝਣ ਵਿੱਚ ਹੋ ਠੀਕ ਹੈ ਇਸ ਨੂੰ ਇਸ ਤਰ੍ਹਾਂ ਸੋਚੋ ਤੁਸੀਂ ਔਖੇ ਸਾਹ ਆਉਣ 'ਚ ਬੰਸ ਮਸਿਆ ਲੈ ਕੇ ਆਪਣੇ ਡਾਕਟਰ ਕੋਲ ਜਾਂਦੇ ਹੋ ਕਾਰਨ ਜਾਣਨ ਲਈ ਉਹ ਤੁਹਾਡੀ ਛਾਤੀ ਦੀ ਆਵਾਜ਼ ਸੁਣਦੀ ਹੈ ਕਿ ਕਿਤੇ ਇਹ ਦਮੇ ਜਾਂ ਨਿਮੋਨੀਆ ਕਾਰਨ ਤਾਂ ਨਹੀਂ ਅਤੇ ਫਿਰ ਉਹ ਤੁਹਾਡੇ ਦਿਲ ਦੀ ਜਾਂਚ ਕਰਦੀ ਹੈ ਕਿ ਕਿਤੇ ਤੁਹਾਡੇ ਸਾਹ ਔਖੇ ਆਉਣ ਦਾ ਕਾਰਨ ਦਿਲ ਦੀ ਅਸਫਲਤਾ ਤਾਂ ਨਹੀਂ ਜਾਂ ਇੱਕ ਤੇਜ਼ ਦਿਲ ਦੀ ਧੜਕਨ ਤਾਂ ਨਹੀਂ ਉਹ ਤੁਹਾਡੇ ਚਿੰਤਤ ਹੋਣ ਬਾਰੇ ਵੀ ਪੁੱਛਦੀ ਹੈ ਜੇਕਰ ਤੁਹਾਡੇ ਸਾਹ ਔਖੇ ਆਉਣ ਦਾ ਕਾਰਨ ਚਿੰਤਾ ਨਾਲ ਸੰਬੰਧਿਤ ਹੈ ਆਪਣੀਆਂ ਜਾਂਚਾਂ ਪੂਰੀਆਂ ਕਰਨ ਤੋਂ ਬਾਅਦ ਉਹ ਸਿੱਟਾ ਕੱਢਦੀ ਹੈ ਕਿ ਤੁਹਾਨੂੰ ਔਖੇ ਸਾਹ ਹੋਣ ਦਾ ਕਾਰਨ ਅਸਲ ਵਿੱਚ ਸਿਰਫ ਅਲਰਜੀ ਹੈ ਉਸੇ ਤਰ੍ਹਾਂ ਮਨੋਰੋਗ ਨਾਲ ਜਿੱਟਣ ਸਮੇਂ ਤੁਹਾਡੇ ਡਾਕਟਰ ਨੂੰ ਬੁਨਿਆਦੀ ਕਾਰਨ ਪਾਲਣ ਦੀ ਲੋੜ ਹੁੰਦੀ ਹੈ। ਅਤੇ ਜਦ ਕਿ ਅਲਜ਼ਾਈਮਰ ਰੋਗ ਮਨੋਰੋਗ ਦਾ ਸਭ ਤੋਂ ਪ੍ਰਮੁੱਖ ਕਾਰਨ ਹੈ, ਸਿਰਫ ਇਹੀ ਨਹੀਂ ਹੈ। ਮਨੋਰੋਗ ਦਿਮਾਗ ਵਿੱਚ ਵਾਸਕੂਲਰ ਬਦਲਾਵਾ, ਪਾਰਕਿੰਸਨ ਰੋਗ, ਲਿਊਈ ਬੋਡੀ ਰੋਗ, ਵਿਟਾਮਿਨ ਡੀ ਕਾਟ, ਥਾਇਰੋਇਡ ਗਲੈਂਡਸ ਵੱੰਦੀ ਸਮੱਸਿਆਵਾਂ, ਗੰਭੀਰ ਦਿਮਾਗ ਸੰਬੰਧੀ ਲਾਗਾ ਜਾਂ ਦਵਾਈਆਂ ਕਾਰਨ ਵੀ ਹੋ ਸਕਦਾ ਹੈ। ਗੰਭੀਰ ਤਣਾਅ ਵੀ ਕਦੇ-ਕਦੇ ਮਨੋਰੋਗ ਵਰਗਾ ਲੱਗ ਸਕਦਾ ਹੈ ਜਿਸ ਦਾ ਮਤਲਬ ਜੇਕਰ ਤੁਹਾਡੇ ਕਿਸੇ ਪਿਆਰੇ ਨੂੰ ਮਨੋਰੋਗ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਅਲਜ਼ਾਈਮਰ ਰੋਗ ਹੈ ਅਤੇ ਇਹ ਤੁਹਾਡੇ ਡਾਕਟਰ ਦੁਆਰਾ ਨਿਰਧਾਰਿਤ ਕਰਨਾ ਮਹੱਤਵਪੂਰਨ ਹੈ ਕਿਉਂਕਿ ਮਨੋਰੋਗ ਦੇ ਕੁਝ ਕਾਰਨ ਜਿਵੇਂ ਕਿ ਲਾਗ ਦਵਾਈਆਂ ਦੇ ਪ੍ਰਤੀਕਰਮ ਇੱਕ ਘੱਟ ਸਰਗਰਮ ਥਾਇਰੋਇਡ ਗਲੈਂਡ ਜਾਂ ਵਿਟਾਮਿਨ ਦੀ ਕਾਟ ਸਹੀ ਇਲਾਜ ਨਾਲ ਉਲਟੇ ਹੋ ਸਕਦੇ ਹਨ ਇਸ ਲਈ ਕਾਰਨ ਦਾ ਪਤਾ ਲਗਾਉਣਾ ਅਤੇ ਇੱਕ ਕਾਰਵਾਈ ਯੋਜਨਾ ਤੁਹਾਡੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ। ਅਤੇ ਇਸ ਲਈ ਜੇਕਰ ਤੁਹਾਨੂੰ ਜਾਂ ਤੁਹਾਡੇ ਪਿਆਰੇ ਵਿੱਚ ਮਨੋਰੋਗ ਦੇ ਲੱਛਣ ਹਨ ਤਾਂ ਤੁਹਾਨੂੰ ਬੁਨਿਆਦੀ ਕਾਰਨ ਦਾ ਪਤਾ ਲਗਾਉਣ ਲਈ ਆਪਣੇ ਡਾਕਟਰ ਨਾਲ ਮਿਲਣਾ ਚਾਹੀਦਾ ਹੈ। ਸੋ ਦੁਬਾਰੇ ਮੈਂ ਦੱਸਾਂ ਕਿ ਆਹ ਆ ਫਰਸਿੰਗ ਟਿਮੈਂਟਲ ਹੈਲਪਲਾਈਨ ਦੇ ਨੰਬਰ ਨੇ ਪੰਜਾਬੀ, ਇੰਗਲਿਸ਼ ਤੇ ਅਸਿ ਚਾਈਨੀਜ਼ ਦੇ ਵਿੱਚ ਵੀ ਸਰਵਿਸਿਸ ਨੇ ਤੇ ਹੁਣ ਮੈਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੂੰਗੀ ਕਿ ਤੁਸੀਂ ਅੱਜ ਦੇ ਵੈਬਿਨਾਰ ਸੁਣਿਆ ਤੇ ਹੋਪਫੁਲੀ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਅਮ ਜੇ ਅਗੇਨ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈ ਜਿਹਦੇ ਮੈਂ ਅੱਜ ਨਹੀਂ ਅਨਸਰ ਕਰ ਸਕੀ ਅਮ ਥਾ ਪਲੀਜ਼ ਤੁਸੀਂ ਅਸਾਨੂੰ ਇਸ ਨੰਬਰ ਤੇ ਫੋਨ ਕਰਿਓ ਥੈਂਕ ਯੂ